ਟੁਕੜੇ ਡਾਲੇ ਤੇ ਡਾਲੇ ਟੁੱਕ ਗਏ। ਆਏ ਆਏ ਆਏ। ਸੜਕ ਹਾਦਸੇ ਦੇ ਵਿੱਚ ਇੱਕ ਮਾਂ ਬੇਟੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਮਾਂ ਅਤੇ ਬੇਟੀ ਜਦੋਂ ਮੇਲਾ ਦੇਖ ਕੇ ਬੇਟੇ ਦੇ ਨਾਲ ਵਾਪਿਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਕਾਰ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਮਾਂ ਬੇਟੀ ਦੀ ਮੌਤ ਹੋ ਗਈ ਜਦਕਿ ਬੇਟਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਪਿੰਡ ਤੋਂ ਥੋੜ੍ਹੀ ਹੀ ਦੂਰ ਦੇ ਉੱਤੇ ਇੱਕ ਮੇਲਾ ਲੱਗਿਆ ਸੀ ਅਤੇ ਇਹਨਾਂ ਦੇ ਵੀ ਪਿੰਡੋਂ ਇੱਕ ਟਰਾਲੀ ਜੋ ਹੈ ਉਹ ਭਰ ਕੇ ਇਸ ਮੇਲੇ ਦੇ ਵਿੱਚ ਗਈ ਸੀ। ਪਰ ਰਾਹ ਦੇ ਵਿੱਚ ਕਿਹਾ ਜਾ ਰਿਹਾ ਕਿ ਪਿੰਡ ਤੋਂ ਕੁਝ ਦੂਰੀ 'ਤੇ ਹੀ ਫਾਟਕ ਪੈਂਦਾ ਹੈ, ਜਦੋਂ ਫਾਟਕ ਲੱਗ ਗਿਆ ਤਾਂ ਉਸ ਤੋਂ ਬਾਅਦ ਕੁਝ ਲੋਕ ਟਰਾਲੀ ਦੇ ਵਿੱਚੋਂ ਉਤਰ ਕੇ ਵਾਪਸ ਜਾਣ ਲੱਗੇ ਤਾਂ ਜਿਵੇਂ ਹੀ ਦੂਸਰੇ ਪਾਸੇ ਪਹੁੰਚੇ ਸੀ ਕਿ ਉੱਥੇ ਇੱਕ ਕਾਰ ਖੜ੍ਹੀ ਸੀ ਅਤੇ ਕਾਰ ਅਚਾਨਕ ਹੀ ਜਦੋਂ ਮੁੜਨ ਲੱਗੀ ਤਾਂ ਉਸਨੇ ਕਈਆਂ ਨੂੰ ਠੋਕਰ ਮਾਰ ਦਿੱਤੀ, ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਮਾਂ ਬੇਟੀ ਜੋ ਹੈ ਉਹ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ ਅਤੇ ਜਿਵੇਂ ਹੀ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉੱਥੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਕਾਰ ਚਾਲਕ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿੱਥੇ ਮਾਂ ਬੇਟੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉੱਥੇ ਹੀ ਹੋਰ ਲੋਕਾਂ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਵੀ ਹੁਣ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਟਾਂਡਾ ਤੋਂ ਇਹ ਹਾਦਸਾ ਸਾਹਮਣੇ ਆਇਆ ਜਿੱਥੇ ਕਿ ਇੱਕ ਸੜਕ ਹਾਦਸੇ 'ਚ ਮਾਂ ਬੇਟੀ ਦੀ ਦਰਦਨਾਕ ਮੌਤ ਹੋ ਗਈ ਹੈ ਅਤੇ ਇਹ ਬੜੀ ਖੁਸ਼ੀ ਖੁਸ਼ੀ ਮੇਲੇ ਦੇ ਵਿੱਚੋਂ ਘਰ ਵਾਪਸ ਆ ਰਹੀ ਸੀ। ਇਹ ਬਾਬੇ ਦੇ ਗਏ ਸੀ ਚਿੰਗਣਮਾ ਮੇਲੇ 'ਤੇ, ਠੀਕ ਹੈ, ਉੱਥੇ ਉਹ ਆਉਂਦੀ ਵਖੀ ਘਰ ਨੂੰ ਆਉਂਦੇ ਸੀ ਅਤੇ ਉੱਥੇ ਆਉਂਦੀ ਵਖੀ ਵਾਰਦਾਤ ਹੋਈ ਆ, ਬਹੁਤ ਤਰ੍ਹਾਂ ਜ਼ਖਮੀ ਕੀਤਾ। ਕਿੰਨੇ ਕਾਹਦੇ ਕਾਹਦੇ ਨਾਲ ਟੱਕਰ ਹੋਈ ਸੀ? ਇਹ ਗੱਡੀ ਨਾਲ। ਅੱਛਾ, ਫਿਰ ਉਸ ਤੋਂ ਬਾਅਦ ਕਾਰ ਨਾਲ? ਡਿਜ਼ਾਇਰ ਕਾਰ ਆ। ਉਸ ਤੋਂ ਬਾਅਦ ਇਹਨੇ ਹੋਸਪਿਟਲ ਲੈ ਕੇ ਆਏ, ਹੋਸਪਿਟਲ ਲੈ ਕੇ ਆ ਕੇ ਅਤੇ ਬਹੁਤ ਜ਼ਿਆਦਾ ਘਾਇਲ ਸੀ ਕੁੜੀ ਦੀ ਅਤੇ ਆਉਂਦੇ ਸਾਥ ਹੀ ਡੈਥ ਹੋ ਗਈ। ਕੁੜੀ ਦਾ ਕੀ ਨਾਮ ਸੀਗਾ? ਗਰਿਮਾ। ਕਿੰਨੇ ਸਾਲ ਦੀ? 7 ਸਾਲ ਦੀ। ਬਾਬੇ ਦੇ ਗਏ ਸੀ ਮੇਲੇ ਤੇ, ਗਏ ਸੀ ਤੇ ਮੇਲੇ ਤੋਂ ਆਏ ਕਰਦੇ ਸੀ ਤੇ ਆਣ ਕੇ ਆਪਣੀ ਸਾਈਡ ਤੇ ਜਾਏ ਕਰਦੇ ਸੀ। ਇਹ ਟੋਟਲ 6 ਜਾਂ 7 ਜਣੇ ਹੈ ਸੀ ਤੇ ਇਹ ਆਪਣੀ ਸਾਈਡ ਤੇ ਜਾਏ ਕਰਦੇ, ਗੱਡੀ ਵਾਲਾ ਪਿੱਛੇ ਵਾਲਾ ਆਇਆ ਸੀ ਤੇ ਨਾਲੇ ਘੜੀਸਦਾ ਇਹਨੇ ਨੂੰ ਲੈ ਗਿਆ। ਕਿਹੜੀ ਗੱਡੀ ਸੀ? ਇਹ ਵਾਈਟ ਕਲਰ ਦੀ ਸੀ, ਸਿਫਟ ਵਗੈਰਾ ਸੀ। ਅੱਛਾ, ਗੱਡੀ ਠੀਕ ਹੈ ਅਤੇ ਲੈ ਕੇ ਗਏ ਅਤੇ ਨਾਲੇ ਪਹਿਲਾਂ ਕੁੜੀ ਦੇ ਵੀ ਸੱਟਾਂ ਵਗੈਰਾ ਕਾਫੀ ਲੱਗੀਆਂ, ਸਿਸਟਰ ਦੇ ਕਾਫੀ ਬਾਂਹ ਟੁੱਟ ਗਈ ਆ, ਲੱਤ ਵੀ ਕਰਾਇਆ ਗਈ ਸੀ, ਰੀੜ ਦੀ ਹੱਡੀ ਵੀ ਕਰਾਇਆ ਗਈ ਸੀ ਅਤੇ ਛਾਤੀ ਦੇ ਵੀ ਗੱਡੀ ਦੇ ਧੋਣ। ਹਾਂਜੀ, ਪੂਰੇ ਜ਼ਿਲ੍ਹਾ ਹੋ ਗਿਆ। ਉਸ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਪੁਲਿਸ ਵਗੈਰਾ ਕੀਤੀ ਗਈ? ਹਾਲੇ ਤੱਕ ਕਾਰਵਾਈ ਕੀਤੀ ਸੀ ਅਸੀਂ ਅਤੇ ਪਹਿਲਾਂ ਸਵੇਰੇ ਤਾਂ ਕੋਈ ਸੁਣਾਈ ਨਹੀਂ ਹੋਈ, ਫਿਰ ਬਾਅਦ 'ਚ ਅਸੀਂ ਮੀਡੀਆ ਵਾਲੇ ਨੂੰ ਕਿਹਾ ਸੀ, ਫਿਰ ਬਾਅਦ 'ਚ ਸਾਰਾ ਕੁਛ ਹੋਇਆ ਸੀ। ਕੀ ਮੰਗ ਕਰਦੇ? ਅਸੀਂ ਮੰਗ ਹੈ ਬਸ ਸਾਨੂੰ ਇਨਸਾਫ ਚਾਹੀਦਾ, ਬਸ ਜੋ ਵੀ ਕਿੰਨੇ ਵੀ ਇਹ ਕੰਮ ਕੀਤਾ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ। ਇਹ ਪਿੱਛੋਂ ਗੱਡੀ ਆਈ, ਉਹਨੇ ਸ਼ਰਾਬ ਹੀ ਪੀਤੀ ਸੀ ਅਤੇ ਇਹਨਾਂ 'ਚ ਵੱਜਣ ਲੱਗੇ ਨਾ, ਪਹਿਲੇ ਉਹ ਮਾਮੀ ਇੱਕ ਪਾਸੇ ਹੈਗੇ ਨਾ ਤਾਂ ਉਹਨਾਂ 'ਚ ਵੱਜੇ ਤਾਂ ਇਹ ਇੱਧਰ ਨੂੰ ਆ ਗਿਆ, ਆਪਾਂ ਨੂੰ ਮੈਂ ਵੀ ਇੱਧਰ ਨੂੰ ਆ ਗਿਆ, ਇੱਕ ਪਾਸੇ ਨੂੰ ਆ ਗਿਆ ਆਪਾਂ ਤਾਂ ਇਹਨਾਂ ਨੂੰ ਜਿਹੜੇ ਮਾਮੀ ਹੁਣ ਉਹਨਾਂ ਧਰੀ ਕੇ ਲੈ ਗਏ, ਨਾਲ ਹੀ ਲੈ ਗਏ ਉਹ ਇੱਕ ਹਿਸਾਬ ਦੇ ਅੱਗੇ ਛੱਡਿਆ ਜਾ ਕੇ ਉਹਨਾਂ ਨੇ ਤਾਂ ਬਾਕੀਆਂ ਦੇ ਵਿੱਚ। ਉਹ ਗੱਡੀ ਵਾਲਾ ਰੁਕਿਆ ਨਹੀਂ ਉੱਥੇ? ਨਹੀਂ ਜੀ, ਉਹ ਨਹੀਂ ਰੁਕਿਆ। ਕਿਹੜੇ ਕਿਹੜੇ ਰੰਗ ਦੀ ਗੱਡੀ ਸੀਗੀ? ਵਾਈਟ ਕਲਰ ਦੀ ਸੀ। ਕਿਸੇ ਨੇ ਤੁਹਾਡੀ ਮਦਦ ਵਗੈਰਾ ਕੀਤੀ ਉੱਥੇ? ਉੱਥੇ ਪਿੰਡ ਵਾਲੇ ਉਹ ਭਾਈ ਭੂਈ ਫਟੇ ਹੋਏ ਸੀਗੇ ਉੱਦਾਂ, ਨਾਲ ਪੁਲਿਸ ਨੂੰ ਸੱਦਿਆ ਸੀ, ਉਹ ਆਈ ਬਾਅਦ 'ਚ ਆਏ ਸੀ, 2-3 ਜਣੇ ਆਏ, ਪਤਾ ਨਹੀਂ ਲੱਗਿਆ ਇੰਨਾ ਗੱਡੀ ਦਾ। ਅਤੇ ਤੁਸੀਂ ਆਪਣੀ ਮਦਰ ਦੇ ਨਾਲ ਸੀਗੇ, ਮੰਮੀ ਦੇ? ਹਾਂਜੀ। ਅਤੇ ਕਿੱਥੋਂ ਆਏ ਸੀ ਤੁਸੀਂ? ਆਪਾਂ ਮੇਲਾ ਦੇਖ ਕੇ ਆਉਂਦੇ ਸੀਗੇ ਅਤੇ ਟੱਕਰ ਉਹਨੇ ਪਿੱਛੇ ਮਾਰੀ।
ਚਿੱਟੇ ਨਾਲ ਹੀ ਸੀ ਮੰਮੀ ਦੇ। ਹਾਂਜੀ ਤੁਸੀਂ ਬਚ ਕੇ ਤੁਹਾਡਾ ਬਚਾ ਹੋ ਗਿਆ। ਹਾਂਜੀ ਬਚਾ ਕੇ ਤੇ ਆਏ ਇੱਥੇ ਲੱਗੀ ਆ। ਤੁਹਾਡੇ ਵੀ ਲੱਗੀ ਆ। ਹਾਂਜੀ ਤੇ ਉਹਨਾਂ ਨੂੰ ਤੇਰੀ ਇਸ ਦੇ ਲੈ ਗਿਆ ਟੇਡੀ ਮੇਡੀ ਦਾ ਗੱਡੀ ਚਲਾਉਂਦੇ ਹੈਗਾ।